ਨੂੰ ਸਾਰਿਆਂ ਨੂੰ ਵਿੱਕੀ ਜੀ ਪਤਾ ਹੀ ਹੈ, ਠੀਕ ਹੈ, ਬਿਲਕੁਲ। ਤੇ ਆਪਣੇ ਧਨੰਜਿਆ ਜੀ ਤੁਹਾਡਾ ਕੀ ਕਹਿੰਦਾ, ਜਿਹੜਾ ਇਹਨਾਂ ਨੇ ਹੁਣੇ ਇਹ ਸਵਾਲ ਤੁਹਾਡੀ ਪਰਫਾਰਮੈਂਸ ਦੀ ਜਿਹੜੀ ਗੱਲ ਚੱਲੀ? ਦੇਖੋ ਜਿਮਨੀ ਚੋਣਾਂ ਦੀ ਗੱਲ ਕਰਦੇ ਸੀ, ਇੱਕ ਚੀਜ਼ ਤਾਂ ਮੈਂ ਕਹਿਣੀ ਚਾਹਾਂਗਾ ਵੀ ਜਿਹੜੀਆਂ ਇਹ ਚੋਣਾਂ ਸੀ ਇਹ ਜਿੱਤੀਆਂ ਨਹੀਂ ਗਈਆਂ, ਇਹ ਲੁੱਟੀਆਂ ਗਈਆਂ ਨੇ। ਐਤਕੀ ਦੀਆਂ ਐਮਸੀ ਇਲੈਕਸ਼ਨ ਸੀ ਜਿਹੜੇ ਤੁਹਾਨੂੰ ਦੇਖੇ ਨੇ, ਕਿਉਂਕਿ ਤੁਸੀਂ ਬੁੱਧੀਜੀਵੀ ਵਰਗ ਨਾਲ ਹੋ, ਉੱਥੇ ਕਿਵੇਂ ਬੂਥ ਕੈਪਚਰਿੰਗ ਹੋਈ ਆ, ਕੀ ਮਾੜਾ ਹਾਲ ਕਰਿਆ ਗਿਆ, ਉਹ ਸਭ ਤੋਂ ਜਾਣੂ ਆ। ਇਹ ਅੱਜ ਤੋਂ ਨੀ, 5 ਸਾਲ ਪਹਿਲਾਂ ਤਾਂ ਹੋ ਰਿਹਾ। ਮੈਂ ਤੁਹਾਡੀ ਗੱਲ ਨਾਲ ਇੱਥੇ ਸਹਿਮਤ ਨਹੀਂ। ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਅਯਾਲੀ ਨੇ ਵੀ ਸੀਟ ਜਿੱਤ ਕੇ ਆਪਣਾ ਜਿਹੜਾ ਹੈਗਾ ਉੱਥੇ ਆਪਣੀ ਜਿਹੜੀ ਸ਼ਖਸੀਅਤ ਹੈ ਭਾਰੂ ਜਿਹੜੀ ਸ਼ਖਸੀਅਤ ਖਾਈ ਹੈ। ਸਰਕਾਰ ਅਯਾਲੀ ਵੀ ਹਾਰ ਸਕਦੇ ਸੀ। ਕਾਂਗਰਸ ਰਿਆਂ ਝੂਠਾ ਬਲੇਮ ਲਾ ਰਹੇ ਹੋ। ਨਹੀਂ ਪੂਛਣ ਜੀ, ਇਹ ਜੀ ਕੋਈ ਗੱਲ ਨਹੀਂ ਹੈ, ਬਲੇਮ ਲਾ ਰਹੇ ਹੋ, ਇਦਾਂ ਦਾ ਕੁਝ ਨਹੀਂ ਹੈਗਾ। ਵਿਕਰਮ ਜੀ ਨੇ ਵੀ ਉੱਥੇ ਅਯਾਲੀ ਜਿੱਤਿਆ ਨੀ ਇਲੈਕਸ਼ਨ, ਉਹ ਐਮ ਐਲ ਇਲੈਕਸ਼ਨ ਦੀ, ਐਮ ਸੀ ਇਲੈਕਸ਼ਨ ਕੀ ਛੋਟਾ ਇਲੈਕਸ਼ਨ ਹੁੰਦਾ? ਨਹੀਂ ਨਹੀਂ, ਇਹ ਪਾਰਟੀ ਦੇ ਉੱਪਰ ਦੇਖੋ, ਹਰ ਜਗ੍ਹਾ ਦੇ ਉੱਤੇ ਸਰਕਾਰ ਨੇ ਆਪਣਾ ਵਾਤਾ, ਬੜੀ ਸ਼ਰਮ ਦੀ ਗੱਲ ਹੈ। ਜਿਹੜੀ ਸਰਕਾਰ ਸੀ ਉਹਨੇ ਆਪਣਾ, ਸ਼ਰਮ ਦੀ ਗੱਲ ਹੈ, ਉਹ ਸ਼ਰਮ ਦੀ ਗੱਲ ਨਹੀਂ, ਕੁਛ ਜੀ ਇਹ ਗੱਲ ਨਹੀਂ। ਦੇਖੋ ਸ਼ਰਮ ਦੀ ਗੱਲ ਹੈ, ਆਪਾਂ ਲੈਂਗੁਏਜ ਜਿਹੜੀ ਹੈਗੀ ਆਪਣੇ ਹਿਸਾਬ ਨਾਲ ਰੱਖੀ ਹੈ, ਤੁਹਾਡੇ ਵਾਤਾ ਬੜੀ ਸ਼ਰਮ ਦੀ ਗੱਲ ਹੈ, ਵਧੀਆ ਰਹਿੰਦਾ ਹੁੰਦਾ, ਅੱਡੇ ਪੇਟ ਫੜਦੇ ਖੜਾ, ਆ ਚੀਜ਼ ਨਹੀਂ ਹੈਗੀ। ਦੇਖੋ ਮੈਨੂੰ ਇਦਾਂ ਦੀ ਲੈਂਗੁਏਜ ਬਿਲਕੁਲ ਪਸੰਦ ਨਹੀਂ ਹੈ, ਤੁਹਾਡੀ ਵਾਤਾ ਬੜੀ ਸ਼ਰਮ ਦੀ ਹੈ। ਇਹ ਗੱਲ ਪੁੱਛੇ ਜੀ, ਇਦਾਂ ਗੱਲ ਕਰ ਰਹੇ ਨੇ ਜਿਵੇਂ ਆਪਾਂ, ਜਿਵੇਂ ਭਗਵੰਤ ਮਾਨ ਜੀ ਕਿਤੇ ਪੱਤਰਕਾਰ ਦੇ ਨਾਲ ਜਿਵੇਂ ਲੜ ਪਏ ਸਨ, ਕਿਤੇ ਤਲਖੀ ਦੀ ਹੋ ਗਈ ਸੀ, ਤਾਂ ਬਹੁਤ ਨਹੀਂ। ਦੇਖੋ ਲੈਂਗੁਏਜ ਜੋ ਸੱਚਾਈ ਆ, ਪੱਤਰਕਾਰ ਨੇ ਕਿੱਦਾਂ ਗੱਲ ਕਰਨੀ ਹੈ, ਦੇਖੋ ਕਿੱਦਾਂ ਗੱਲ ਕਰਨੀ, ਘੱਟੋ ਘੱਟ ਆਪਣਾ ਥੋੜਾ ਪਟਿਆਲਾ ਕੀ ਹਾਲ ਹੈ, ਪਟਿਆਲਾ ਦੇ ਵਿੱਚ ਪੱਤਰਕਾਰ ਨੇ ਬਾਈਕਾਟ ਕਰ, ਪਟਿਆਲਾ ਦੇ ਵਿੱਚ ਤੁਸੀਂ ਲੈ ਰਹੇ ਹੋ, ਨਾਲੇ ਦਾ ਕੀ ਹਾਲ ਹੋਇਆ ਗਿਆ ਆਪਣੀ 16 ਪਟਿਆਲਾ ਦੇ ਵਿੱਚ ਇੱਕ ਨਾਲਾ ਜਿਹੜਾ ਹੈਗਾ, ਇਹ ਚ ਲੋਕ ਛੋਟੀ ਨਦੀ ਦੇ ਨਾਂ ਤੇ ਜਾਣਿਆ ਜਾਂਦਾ, ਸੰਤਾਪ ਭੋਗ ਰਹੇ ਨੇ। ਔਰ ਇੱਕ ਨਵਾਂ ਕੰਮ ਹੋ ਰਿਹਾ, 16 ਨਵੇਂ ਜਿਹੜੇ ਕੂੜੇ ਦੇ ਗਡਾਊਨ ਸ਼ਹਿਰ ਦੇ ਵਿੱਚ ਬਣਾਏ ਜਾ ਰਹੇ ਨੇ, ਤਾਂ ਕਿ ਲੋਕ ਬਿਮਾਰੀਆਂ ਉੱਥੇ ਬਿਮਾਰੀਆਂ ਨਹੀਂ ਫੈਲਣ। ਸੈਂਟਰ ਦੀ ਸਕੀਮ ਹੈ ਨਾ ਕਿ ਪੰਜਾਬ ਗਵਰਨਮੈਂਟ ਦੀ ਸਕੀਮ ਆ, ਜਿਹੜੇ ਉਹਨੂੰ ਸੈਂਟਰ ਦੀ ਸਕੀਮ ਆ, ਸਿਰਫ ਆਪਣੇ ਫੰਡ ਲੈਣ ਵਾਸਤੇ ਪੰਜਾਬ ਗਵਰਨਮੈਂਟ, ਪੰਜਾਬ ਗਵਰਨਮੈਂਟ ਦਾ ਚੁਰਾ ਕੋਈ ਨਹੀਂ ਹੈ। ਸੈਂਟਰ ਦੀ ਸਕੀਮ ਤਾਂ ਹੈ, ਸੈਂਟਰ ਦੀ ਸਕੀਮ ਤਾਂ, ਸੈਂਟਰ ਦੀ ਸਕੀਮ ਤਾਂ ਇਹ ਵੀ ਸੀ ਕਿ ਪਰਮਾਣੂ ਜਿਹੜੇ ਸੀ ਆਪਣੇ ਉਹ ਲਾਉਣੇ ਸੀਗੇ, ਤੇ ਉਹਦੇ ਬਾਰੇ ਕਿਵੇਂ, ਉਹਦੇ ਬਾਰੇ ਨਹੀਂ ਲਾਇਆ ਗਿਆ। ਪਰ ਇਸ ਸ਼ਹਿਰ ਦੇ ਵਿੱਚ 16 ਜਗ੍ਹਾ ਦੇ ਉੱਪਰ ਜਿਹੜੇ ਲਾਉਣੇ ਸੀ, 16 ਜਗ੍ਹਾ ਦੇ ਉੱਪਰ ਕੂੜੇ ਦੇ ਡੰਪ ਬਣਾਏ ਜਾ ਰਹੇ ਨੇ, ਜਿਹੜੇ ਕਿ ਆਮ ਮਹੱਲਿਆਂ ਦੇ ਵਿੱਚ ਬਣਾਏ ਜਾ ਰਹੇ ਨੇ, ਜਿੱਥੇ ਕਿ ਬਿਮਾਰੀ ਦਾ ਖਤਰਾ, ਔਰ ਉਹ ਏਰੀਆ ਵਾਸੀ ਉਹ ਦੂਜੇ ਕੂੜੇ ਦੇ ਨਰਕਾਂ ਵਿੱਚ ਭੇਜੇ ਜਾ ਰਹੇ ਨੇ, ਲਾ ਰਹੇ ਆ। ਪਰ ਉਹ ਵੀ ਉਹਦੇ ਬਾਰੇ ਹਾਲ, ਤੁਹਾਡੇ ਘਰ ਦਾ ਕੂੜਾ ਪੂਸ਼ਣ ਜੀ 2 ਦਿਨ ਰਹਿ ਜਾਵੇ, ਤੁਸੀਂ ਗ੍ਰੀਨ ਕਾਲਾ ਉੱਥੇ ਆਉਣਾ ਤਾਂ ਕੂੜਾ ਹੀ ਹੈ ਨਾ। ਪਰ ਗ੍ਰੀਨ ਕੂੜੇ ਤੋਂ ਭਾਵ ਇਹ ਨਹੀਂ ਪਿਆਰੇ ਦਰਸ਼ਕੋ ਕਿ ਕੂੜੇ ਨੂੰ ਹਰਾ ਰੰਗ ਕੀਤਾ ਜਾਵੇਗਾ, ਜਾਂ ਕੂੜਾ ਜਿਹੜਾ ਉਹ ਜਿਹੜਾ ਹੈਗਾ ਸਬਜ਼ੀਆਂ ਦਾ ਕੜੇ ਪੱਤੇ ਹੋਣਗੇ ਉਹਦੇ ਵਿੱਚ, ਬਿਲਕੁਲ ਬਿਲਕੁਲ 16 ਜਗ੍ਹਾ ਸ਼ਹਿਰ ਦੀਆਂ ਕੂੜਾ ਲਾਗੂ ਤਾਂ ਹੁੰਦਾ, ਲਾਗੂ ਤਾਂ ਹੁੰਦਾ, ਬੱਚੇ ਤੋਂ ਲੈ ਕੇ ਬਜ਼ੁਰਗ ਤਾਂ ਲਾਗੂ ਨਹੀਂ ਹੋਇਆ ਹਲੇ, ਆਉਂ ਤਾਂ ਲੋ ਇਨਫੈਕਸ਼ਨ ਚੱਲ ਰਹੀ ਹੈ, ਤੁਹਾਡੇ ਟੀਮ ਆ ਚੁੱਕੀ ਹੈ ਇੱਥੇ, ਟੀਮ ਆ ਚੁੱਕੀ ਹੈ, ਆ ਚੁੱਕੀ ਹੈ। ਫਾਈਨਲ ਹੁੰਦਾ ਹੋਵੇ ਜੀ, ਕੈਪਟਨ ਮਹਿੰਦਰ ਸਿੰਘ ਜੀ ਪਿੱਛੇ ਹੀ 1,000 ਕਰੋੜ ਰੁਪਈਆ ਜਿਹੜਾ ਹੈਗਾ ਉਹਨਾਂ ਨੇ ਡਿਵੈਲਪਮੈਂਟ ਲਈ ਦਿੱਤਾ ਹੈ, ਤੇ ਆਪ ਉਹ ਗੱਲ ਕੀਤੀ ਜਾ ਰਹੀ ਵੀ ਪੰਜਾਬ ਦੇ ਵਿੱਚ ਜਿਹੜਾ ਹੈਗਾ ਪਟਿਆਲਾ ਖਾਸ ਕਰਕੇ, ਇਹ ਵੀ ਅਕਾਲੀ ਵੀ ਗੱਲ ਕਹਿ ਰਹੇ ਵੀ ਸਾਰਾ ਪੈਸਾ ਪਟਿਆਲਾ ਵਿੱਚ ਲਾਇਆ ਜਾ ਰਿਹਾ, ਤੁਹਾਨੂੰ ਕੀ ਲੱਗਦਾ ਵੀ ਪਟਿਆਲਾ ਵਿੱਚ ਡਿਵੈਲਪਮੈਂਟ ਜਿਹੜੀ ਹੈਗੀ ਜੱਗੀ ਪੱਧਰ ਤੇ ਹੋ ਰਹੀ ਹੈ? ਦੇਖੋ ਜੀ, ਪਟਿਆਲੇ ਦੇ ਵਿੱਚ ਡਿਵੈਲਪਮੈਂਟ ਨਾਂ ਦੀ ਕੋਈ ਚੀਜ਼ ਨਹੀਂ, ਕੱਲ ਬਾਰਿਸ਼ ਹੋਈ ਆ, ਉਹਦੇ ਵਿੱਚ ਪਾਣੀ ਕਿੰਨੇ ਏਰੀਏ 'ਚ ਖੜਾ, ਜੇ 125 ਕਰੋੜ ਉਰੇ ਪਟਿਆਲੇ 'ਚ ਲਾਇਆ ਗਿਆ ਹੁੰਦਾ ਤਾਂ ਮੇਰੇ ਖਿਆਲ ਮੁਤਾਬਕ ਪਾਣੀ ਤਾਂ ਨਾ ਖੜਾ ਹੁੰਦਾ। ਸਾਰੇ ਪੰਜਾਬ ਦੇ ਕਿਹਾ ਸਾਰੇ ਨਗਰ ਦੇ ਗਲੀ ਨੰਬਰ 6 ਤੁਸੀਂ ਸਾਰੇ ਹਿੰਦੁਸਤਾਨ ਚੱਲ ਜਾਓ, ਜਦ ਬਾਰਿਸ਼ ਪੈਗੀ ਪਾਣੀ ਦੇ ਵਿੱਚ ਖੜਦਾ ਪਾਣੀ, ਉੱਥੇ ਲੋਕਾਂ ਦੇ ਘਰਾਂ ਤੱਕ ਪਾਣੀ ਵੜਿਆ। ਵਾਰਡ ਨੰਬਰ 28 ਦੇ ਵਿੱਚ, ਕਿਹਦਾ ਵਾਰਡ ਹੈ ਇਹ? ਵਾਰਡ ਰਜੇਸ਼ ਸ਼ਰਮਾ, ਇੱਥੋਂ ਕਾਂਗਰਸ ਦੇ ਜਿੱਤੇ ਹੋਏ ਨੇ। ਅੱਛਾ, ਤੇ ਬਾਕੀ ਹੋਰ ਏਰੀਆ ਆਪਣਾ ਪਹਿਲਾਂ ਵੀ ਜਦੋਂ 9 mm ਬਾਰਿਸ਼ ਦੇ ਉੱਪਰ ਇਹ ਹਾਲ ਹੋ ਰਿਹਾ, ਜੇ ਜ਼ਿਆਦਾ ਬਾਰਿਸ਼ ਹੋਗੀ ਤਾਂ ਪਟਿਆਲੇ ਦਾ ਕੀ ਹਾਲ ਹੋਊਗਾ? ਸੋਚਣ ਦੀ ਚੀਜ਼ ਹੈ, ਕਰੋ ਇੰਨਾ ਕਰੋੜ ਰੁਪਏ ਡਿਵੈਲਪਮੈਂਟ ਹੋਣ ਤੋਂ ਬਾਅਦ ਬਾਰਿਸ਼ ਹੁੰਦੀ ਹੈ, ਨੈਚੁਰਲ ਗੱਲ ਹੈ, ਸਾਰੇ ਹਿੰਦੁਸਤਾਨ ਦੇ ਅੰਦਰ ਇਹੀ ਹਾਲ ਹੈ, ਪਾਣੀ ਤਾਂ ਖੜਦੇ ਖੜਦੇ ਇੱਕ ਵਾਰ ਤਾਂ ਖੜੇਗਾ ਪਾਣੀ, ਪਰ ਪੰਜਾਬ ਪਟਿਆਲਾ ਸਪੈਸ਼ਲ ਪਟਿਆਲਾ 'ਚ ਮਹਾਰਾਣੀ ਪਰਨੀਤ ਕੌਰ ਜੀ ਨੇ ਪਟਿਆਲੇ ਵਾਸਤੇ ਇੰਨਾ ਕੁਛ ਕਰ ਰਹੇ ਨਾ, ਉਹ ਵੀ ਤੁਸੀਂ ਸੋਚ ਨਹੀਂ ਸਕਦੇ ਪਟਿਆਲੇ ਡਿਵੈਲਪਮੈਂਟ ਕਿੰਨੇ ਅੱਛੇ ਢੰਗ ਨਾਲ ਹੋ ਰਹੀ ਹੈ, ਸੀਵਰੇਜ ਪੈ ਰਿਹਾ ਸਾਰਾ, ਨਵੇਂ ਸਿਰੇ ਤੋਂ, ਹੁਣ ਟਾਈਮ ਤਾਂ ਥੋੜ੍ਹਾ ਲੱਗੇ ਹੋਈਆਂ, ਥੋੜ੍ਹੀ ਖਲੇ ਤੇ 3-4 ਸਾਲ ਹੋ ਗਏ, ਪਹਿਲਾਂ ਵੀ 10 ਸਾਲ 25 ਸਾਲ ਜਿਹੜਾ 70 ਸਾਲ ਉਹ ਤਾਂ 25 ਸਾਲ ਕਾਂਗਰਸ ਨੇ ਰਾਜ ਕਰਿਆ ਹੋਇਆ, ਚਾਰੇ ਪਾਸੇ ਫੈਲਿਆ, 3-4 ਸਾਲ ਹੁਣ ਹੋ ਗਏ ਨੇ, ਹਲੇ ਵੀ ਕਹਿ ਰਹੇ ਨੇ ਸਾਨੂੰ ਹੋਰ ਕਿੰਨਾ ਕੁ ਟਾਈਮ ਦੇ ਦਈਏ, 70 ਲੱਗਦਾ ਟਾਈਮ ਡਿਵੈਲਪਮੈਂਟ ਨੂੰ, ਕਿੰਨਾ 50 ਸਾਲ ਲੱਗਣਗੇ, ਕਿੰਨੇ ਕਿੰਨੇ ਪੈਸੇ ਪਾਸ ਹੋ ਗਏ, ਪਰ ਪੁੱਛਣੀ ਆਮ ਲੋਕ ਹੁਣ 50 ਸਾਲ ਵਾਸਤੇ ਨਹੀਂ ਵੇਟ ਕਰਨਗੇ, ਉਹ ਰਿਜ਼ਲਟ
ਜਲਦ ਹੀ ਲੱਭਣ ਨਹੀਂ ਪਰ ਪਰ ਗੱਲ ਇਹ ਵੀ ਹੈ ਕਿ ਜਿਹੜਾ ਵਿਕਾਸ ਹੈ ਨਿਰੰਤਰ ਚੱਲਦਾ ਰਹਿੰਦਾ ਸਰਕਾਰ ਕੋਈ ਵੀ ਹੋਵੇ ਚਾਹੇ ਅਕਾਲੀ ਦਲ ਦੀ ਹੋਵੇ ਚਾਹੇ ਬੀਜੇਪੀ ਦੀ ਹੋਵੇ ਚਾਹੇ ਸਰਕਾਰ ਹੋਵੇ ਕਾਂਗਰਸ ਦੀ ਚਾਹੇ ਸਰਕਾਰ ਹੋਵੇ ਆਮ ਆਦਮੀ ਪਾਰਟੀ ਦੀ ਦਰਸ਼ਕੋ ਵਿਕਾਸ ਨਿਰੰਤਰ ਚੱਲਦਾ ਰਹਿੰਦਾ ਤੇ ਵਿਕਾਸ ਕੋਈ ਏਦਾਂ ਦੀ ਚੀਜ਼ ਨਹੀਂ ਹੁੰਦੀ ਕਿ ਜਾਦੂ ਦਾ ਡੰਡਾ ਹੋਵੇ ਕਿ ਇੱਕੋ ਦਮ ਅਸੀਂ ਡੰਡਾ ਘੁਮਾਈਏ ਤੇ ਨਾਲ ਦੀ ਨਾਲ ਸਾਡੀ ਨੁਹਾਰ ਦਿੱਲੀ ਵਿੱਚ ਵੀ ਕਿਤੇ ਨਾ ਕਿਤੇ ਹੁਣ ਅਰਵਿੰਦ ਜੀ ਦੀ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਆ ਉੱਥੇ ਉਹਨਾਂ ਨੇ 100% ਦਾ ਕੰਮ ਉਹਨਾਂ ਤੋਂ ਵੀ ਨਹੀਂ ਹੋਏ ਪਰ ਉਹਨਾਂ ਨੇ 90%+ ਕੰਮ ਜਿਹੜੇ ਹੈਗੇ ਸੀ ਉਹ ਕਰ ਚੁੱਕੇ ਨੇ ਇਸੇ ਕਰਕੇ ਉਹ ਕਹਿ ਰਹੇ ਨੇ ਕਿ ਜੇ ਵੋਟ ਦੇਣੀ ਹੈ ਜੇ ਸਾਡਾ ਕੰਮ ਦੇਖ ਕੇ ਵੋਟ ਦੇਣੀ ਹੈ ਤਾਂ ਦੇਈਓ ਜੇ ਕੰਮ ਨਹੀਂ ਕੀਤਾ ਤਾਂ ਵੋਟ ਨਾ ਦੇਈਓ ਸਾਡੇ ਵੀ ਇਹੀ ਹਾਲ ਹੈ ਸਾਡੇ ਪੰਜਾਬ ਦੇ ਵੀ ਇਹੀ ਹਾਲ ਹੈ ਤੁਸੀਂ ਦਿੱਲੀ ਦੀ ਗੱਲ ਕਰਦੇ ਹੋ ਜੀ 15 ਸਾਲ ਜਾਨੀ ਕਿ ਜਿਹੜੀ ਸ਼ੀਲਾ ਦੀਕਸ਼ਿਤ ਜਿਹੜੇ ਨੇ ਉੱਥੇ ਐਜ਼ ਏ ਸੀਐਮ ਵਿੱਚ ਨੇ ਅੱਜ ਤੁਸੀਂ ਵੀ ਦਿੱਲੀ ਜਾਂਦੇ ਹੋ ਮੈਂ ਵੀ ਜਾਂਦਾ ਕਈ ਵਾਰੀ ਏਅਰਪੋਰਟ ਤੇ ਵੀ ਜਾਂਦੇ ਹਾਂ ਮੈਨੂੰ ਲੱਗਦਾ ਵੀ ਜਿੰਨੇ ਉਹ 20 ਓਵਰ ਬ੍ਰਿਜ ਬਣੇ ਨੇ ਉਹ ਮਿਲਾਦਾ ਵੀ ਕਾਂਗਰਸ ਦੇ ਵੇਲੇ ਬਣੇ ਸੀ ਦੇਖੋ ਮੈਂ ਇੱਕ ਗੱਲ ਇਹਨੂੰ ਸਾਰੀਆਂ ਚੀਜ਼ਾਂ ਨੂੰ ਇੱਕ ਚੀਜ਼ ਚ ਲੱਗਦਾ ਨਾ ਉਦਾਂ ਦੇ ਸਕੂਲ ਨਾ ਉਦਾਂ ਦੇ ਹਸਪੀਟਲ ਨਾ ਉਦਾਂ ਦੇ ਬਿਜਲੀ ਦੇ ਰੇਟ ਕਾਂਗਰਸ ਸਰਕਾਰ ਦੇ ਕਿਸੇ ਵੀ ਸਟੇਟ ਦੇ ਵਿੱਚ ਬੀਜੇਪੀ ਦੀ ਸਰਕਾਰ ਕਿਸੇ ਵੀ ਸਟੇਟ ਚ ਅੱਜ ਤੱਕ ਨਹੀਂ ਕਰ ਸਕੀ ਜਦੋਂ ਕਿ 70 ਕਾਂਗਰਸ ਦੇ ਨੇ ਔਰ 20-25 ਬੀਜੇਪੀ ਦੇ ਨਾਲ ਹੋ ਗਏ ਆਮ ਆਦਮੀ ਪਾਰਟੀ ਨੇ 4.5 ਸਾਲ ਚ ਕਰਕੇ ਦਿਖਾਇਆ ਆਰਐਸਐਸ ਸਪੋਰਟਰ ਸਪੋਰਟ ਕਰਦੇ ਸੀ ਅੱਜ ਤੁਸੀਂ ਅਲੱਗ ਹੋ ਗਏ ਉਹਨਾਂ ਦਾ ਆਰਐਸਐਸ ਤੋਂ ਨਹੀਂ ਤੁਹਾਨੂੰ ਪੈਦਾ ਕਰਨ ਲਈ ਆਰਐਸਐਸ ਤੁਹਾਡੇ ਕੋਲੇ ਵੋਟਾਂ ਦੇ ਪੈਸੇ ਆਰਐਸਐਸ ਨੇ ਕੀਤਾ ਆਰਐਸਐਸ ਅੱਜ ਅਲੱਗ ਅਲੱਗ ਆਰਐਸਐਸ ਨੂੰ ਬੀਜੇਪੀ ਪੱਖਾ ਦਿਖਾ ਲੈ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਦੇਖੋ ਤੁਸੀਂ ਪਤਾ ਦੇਖੋ ਇੱਕ ਚੀਜ਼ ਮੈਂ ਕਹਿਣੀ ਚਾਹਾਂ ਆਮ ਆਦਮੀ ਪਾਰਟੀ ਬਹੁਤ ਬਹੁਤ ਵੱਡਾ ਕਹਿੰਦੇ ਰਹੀਓ ਬਹੁਤ ਵੱਡਾ ਇਲਜ਼ਾਮ ਹੈ ਕਿ ਤੁਹਾਨੂੰ ਆਰਐਸਐਸ ਨੇ ਪੈਦਾ ਕੀਤਾ ਬਹੁਤ ਵੱਡਾ ਇਲਜ਼ਾਮ ਹੈ ਤਾਂ ਜਵਾਬ ਦਿਓ ਇਹਦਾ ਮੈਂ ਇੱਕੋ ਹੀ ਗੱਲ ਕਹਿਣੀ ਚਾਹਾਂਗਾ ਜੀ ਪੰਜਾਬ 'ਚ ਆਪਾਂ ਪੰਜਾਬ ਦੀ ਗੱਲ ਤੋਂ ਮੈਂ ਸਟਾਰਟ ਕਰਾਂਗਾ ਇੱਥੇ ਕੀ ਸੀ ਇੱਥੇ ਇਹਨਾਂ ਨੇ ਕਾਂਗਰਸ ਔਰ ਅਕਾਲੀ ਦਲ ਦੋਨੇ ਆਪ 'ਚ ਮਿਲੇ ਹੋਏ ਨੇ ਕਿਵੇਂ ਮਿਲੇ ਹੋਏ ਨੇ ਪਹਿਲਾਂ ਇਹਨਾਂ ਨੇ ਜੀ ਚੰਡੀਗੜ੍ਹ ਦੀ ਰਾਜਧਾਨੀ ਦਾ ਮੁੱਦਾ ਚੱਕਿਆ ਵੀ ਚੰਡੀਗੜ੍ਹ ਦੀ ਰਾਜਧਾਨੀ ਹਰਿਆਣੇ ਨੂੰ ਮਿਲੂਗੀ ਪੰਜਾਬ ਨੂੰ ਮਿਲੂਗੀ ਲੋਕਾਂ ਨੂੰ ਭੱਬੜ ਭੂਸੇ 'ਚ ਪਾ ਕੇ ਰੱਖਿਆ ਹੁਣ ਉਹ ਤੋਂ ਬਾਅਦ ਫਿਰ ਪਾਣੀਆਂ ਦਾ SYL ਦਾ ਮੁੱਦਾ ਵੀ ਹਲੇ ਤੱਕ ਨਹੀਂ ਸ਼ਾਮਲ ਹੋਗੇ ਤੀਸਰੀ ਗੱਲ ਹੁਣ ਇੱਕ ਨਵਾਂ ਮੁੱਦਾ ਵੀ ਚੱਕ ਰਹੇ ਨੇ ਏਅਰਪੋਰਟ ਦਾ ਨਾਂ ਇੱਕ ਤੁਹਾਨੂੰ ਹੋਰ ਟੈਕਨੀਕਲੀ ਗੱਲ ਦੱਸ ਦਈਏ ਕਿ ਜੇ ਚੰਡੀਗੜ੍ਹ ਪੰਜਾਬ ਨੂੰ ਦੇ ਦਿੱਤਾ ਜਾਂਦਾ ਜਾਂ ਹਰਿਆਣੇ ਨੂੰ ਤਾਂ ਮੇਰਾ ਖਿਆਲ ਹੈ ਕਿ ਉੱਥੇ ਰੰਗ ਰੋਗਣ ਕਲੀ ਕੁਚੀ ਕਰਨੀ ਬੜੀ ਮਹਿੰਗੀ ਪੈ ਜਾਣੀ ਹੈ ਜਿਹੜੀ ਕਿ ਹੁਣ ਸੈਂਟਰਲ ਗਵਰਨਮੈਂਟ ਦੇ ਸਦਕਾ ਹਾਲੇ ਉਹਦੀਆਂ ਡਿਵੈਲਪ ਪਰ ਮੈਂ ਇੱਕ ਇਹ ਪੁੱਛਣਾ ਚਾਹੁੰਦਾ ਕਾਂਗਰਸ ਦੇ ਨੇਪੂਸ਼ਨ ਜੀ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਜਦੋਂ ਇਹਨਾਂ ਦੀ ਸਰਕਾਰ ਹਰਿਆਣੇ 'ਚ ਸੀ ਪੰਜਾਬ 'ਚ ਸੀ ਸੈਂਟਰ 'ਚ ਸੀ ਰਾਜਸਥਾਨ 'ਚ ਸੀ ਉਦੋਂ ਇਹ ਮੁੱਦਿਆਂ ਨੂੰ ਕਿਉਂ ਨਹੀਂ ਨਿਬੇੜਿਆ ਗਿਆ ਦੇਖੋ ਮੋਹਾਲੀ ਕੀ ਪਾਕਿਸਤਾਨ ਦੇ ਵਿੱਚ ਆ ਜਾਂ ਚੰਡੀਗੜ੍ਹ ਕੀ ਪਾਕਿਸਤਾਨ ਚ ਪੰਜਾਬ ਜੀ ਨਹੀਂ ਹਿੰਦੁਸਤਾਨ ਚ ਹਿੰਦੁਸਤਾਨ ਜਦੋਂ ਇੰਟਰਨੈਸ਼ਨਲ ਏਅਰਪੋਰਟ ਆ ਉਹਦੇ ਵਿੱਚ ਸ਼ੇਅਰ ਸੈਂਟਰ ਦਾ ਵੀ ਹੈਗਾ ਹਰਿਆਣਾ ਗੌਰਮੈਂਟ ਦਾ ਵੀ ਹੈਗਾ ਪੰਜਾਬ ਗੌਰਮੈਂਟ ਦਾ ਵੀ ਹੈਗਾ ਤਾਂ ਉਹਨੂੰ ਆਪਾਂ ਕਿਵੇਂ ਮੰਨ ਲਾਂਗੇ ਵੀ ਕਿਸੇ ਇੱਕ ਦਾ ਉਹਦਾ ਹਿੰਦੁਸਤਾਨ ਦੇ ਤੌਰ 'ਤੇ ਨਾਂ ਰੱਖਿਆ ਜਾਣਾ ਚਾਹੀਦਾ ਨਾ ਕਿ ਮੋਹਾਲੀ ਨਾ ਕੋਈ ਚੰਡੀਗੜ੍ਹ ਜੋ ਉਹਦਾ ਨਾਂ ਪਹਿਲਾਂ ਪ੍ਰੋਵੀਜ਼ਨ ਦੇ ਵਿੱਚ ਆਇਆ ਸਟੇਟ ਗੌਰਮੈਂਟ ਪੰਜਾਬ ਨੇ ਵੀ ਔਰ ਹਰਿਆਣਾ ਨੇ ਵੀ ਸਹਿਮਤੀ ਪ੍ਰਗਟ ਕਰੀ ਜਿਹੜਾ ਤੁਹਾਨੂੰ ਮੈਂ ਸਵਾਲ ਕੀਤਾ ਵੀ ਨਾਗਰਿਕਤਾ ਬਿੱਲ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦਾ ਸਖ਼ਤ ਸਟੈਂਡ ਜਿਹੜਾ ਉਹਨਾਂ ਨੇ ਬਣਾ ਲਿਆ ਵੀ ਨਾਗਰਿਕਤਾ ਬਿੱਲ ਮੈਂ ਪੰਜਾਬ 'ਚ ਲਾਗੂ ਨਹੀਂ ਕਰਾਂਗਾ ਉੱਧਰੋਂ ਖੱਟਰ ਸਾਹਿਬ ਕਹਿੰਦੇ ਅਸੀਂ ਲਾਗੂ ਕਰਾਂਗੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਕਿ ਨਾਗਰਿਕਤਾ ਬਿੱਲ ਪੰਜਾਬ ਦੇ ਵਿੱਚ ਲਾਗੂ ਹੋਣਾ ਚਾਹੀਦਾ ਦੇਖੋ ਜੀ ਇੱਕ ਚੀਜ਼ ਕਹਾਂਗੇ ਨਾਗਰਿਕਤਾ ਬਿੱਲ 'ਤੇ ਪਹਿਲੀ ਗੱਲ ਤਾਂ ਇਹ ਬੀਜੇਪੀ ਸਰਕਾਰ ਨੇ ਦਿੱਲੀ ਦੇ ਵਿੱਚ ਆਪਦੀ ਕਰਾਰੀ ਹਾਰ ਨੂੰ ਲੁਕਾਉਣ ਵਾਸਤੇ ਔਰ ਟੀਵੀ ਚੈਨਲਾਂ ਦੇ ਵਿੱਚ ਲੋਕਾਂ ਦਾ ਮੋਹ ਭੰਗ ਕਰਨ ਵਾਸਤੇ ਇੱਕ ਨਵਾਂ ਸ਼ੋਸ਼ਾ ਛੱਡਤਾ ਕੀ ਪਹਿਲਾਂ ਕੋਈ ਦੂਸਰੇ ਕੰਟਰੀ ਵਾਲਾ ਕੋਈ ਆਇਆ ਹੋਇਆ ਵਿਸਥਾਪਕ ਕੋਈ ਆਉਂਦਾ ਸੀ ਕੋਈ ਸਿੱਖ ਆ ਜਾਂਦਾ ਸੀ ਹਿੰਦੂ ਆ ਜਾਂਦਾ ਸੀ ਮੁਸਲਮਾਨ ਆ ਜਾਂਦਾ ਸੀ ਕਿ ਉਹਨੂੰ ਨਾਗਰਿਕਤਾ ਆਪਣੇ ਦਿੱਤੀ ਨਹੀਂ ਜਾਂਦੀ ਸੀ ਬਿਲਕੁਲ ਦਿੱਤੀ ਜਾਂਦੀ ਪਰ ਸੈਂਟਰ ਗਵਰਨਮੈਂਟ ਦੇ ਹਰ ਸਟੈਪ ਨੂੰ ਜਿਹੜੀ ਹੁਣ ਬੀਜੇਪੀ ਦੀ ਸਰਕਾਰ ਹੈ ਉਹਨੂੰ ਤੁਸੀਂ ਸ਼ੋਸ਼ਾ ਹੀ ਕਿਉਂ ਦੱਸਦੇ ਹੋ ਮੈਂ 300 ਜਿਹੜੀ ਧਾਰਾ ਤੋੜੀ ਗਈ ਜੰਮੂ ਕਸ਼ਮੀਰ ਵਾਲੀ ਉਹਦੇ ਬਾਰੇ ਵੀ ਤੁਸੀਂ ਉਹਨੂੰ ਦੇਖੋ ਸ਼ੋਸ਼ੇ ਵਾਲੀ ਸਰਕਾਰ ਆ ਉਹ ਕਿਵੇਂ ਆ ਆਯੁਸ਼ਮਾਨ ਭਾਰਤ ਯੋਜਨਾ
ਇੱਕ ਮੈਡੀਕਲ ਦੇ ਉੱਤੇ ਲੈ ਕੇ ਆਏ। ਇਹਦੇ ਬਾਰੇ ਚਰਚਾ ਕਰਾਂਗੇ, ਹਾਲੇ ਅਸੀਂ ਜਿਹੜੀ ਚਰਚਾ ਕਰ ਰਹੇ ਹਾਂ ਜਿਹੜੀਆਂ ਯੋਜਨਾਵਾਂ ਨੇ ਸੈਂਟਰ ਗੌਰਮੈਂਟ ਦੀਆਂ, ਕਿੰਨੀਆਂ ਫੇਲ ਨੇ, ਕਿੰਨੀਆਂ ਪਾਸ ਨੇ, ਲੋਕਾਂ ਲਈ ਕਿੰਨੀਆਂ ਮੁਫੀਦ ਨੇ, ਔਰ ਸਟੇਟਸ ਦੇ ਵਿੱਚ, ਰਾਜਾਂ ਦੇ ਵਿੱਚ ਸਰਕਾਰਾਂ, ਰਾਜ ਸਰਕਾਰਾਂ ਵੱਲੋਂ ਉਹਨਾਂ ਨੂੰ ਕਿਸ ਤਰ੍ਹਾਂ ਲਾਗੂ ਕੀਤਾ ਜਾਂਦਾ, ਇਹਦੇ ਬਾਰੇ ਵੀ ਚਰਚਾ ਚੱਲਦੀ ਰਹੇਗੀ। ਪਿਆਰੇ ਦਰਸ਼ਕੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਚਰਚਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਅਸੀਂ, ਅਗਲੇ ਵਾਰੀ ਇਸੇ ਚਰਚਾ ਨੂੰ ਫਿਰ ਅਸੀਂ ਇਸੇ ਤਰ੍ਹਾਂ ਕਿਸੇ ਹੋਰ ਜਗ੍ਹਾ ਦੇ ਉੱਤੇ ਜਾਰੀ ਰੱਖਾਂਗੇ। ਅਤੇ ਪਿਆਰੇ ਦਰਸ਼ਕੋ, ਤੁਹਾਨੂੰ ਇੱਕ ਗੁਜ਼ਾਰਿਸ਼ ਹੈ ਕਿ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਕੋਈ ਲੀਡਰ, ਤੁਹਾਡਾ ਕੋਈ ਨੁਮਾਇੰਦਾ, ਤੁਸੀਂ ਜੀ ਤੋਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਜਾਂ ਕਿਸੇ ਨੂੰ ਤੁਸੀਂ ਚਾਹੁੰਦੇ ਹੋ ਕਿ ਉਹ ਆਪਣਾ ਪੱਖ ਰੱਖਣ, ਤਾਂ ਤੁਸੀਂ ਸਾਨੂੰ 9827445000 ਮੋਬਾਈਲ ਫੋਨ ਦੇ ਉੱਤੇ 9082745000 ਦੇ ਉੱਤੇ ਕਾਲ ਕਰ ਸਕਦੇ ਹੋ, ਵਟਸਐਪ ਵੀ ਕਰ ਸਕਦੇ ਹੋ, ਤਾਂ ਜੋ ਅਸੀਂ ਤੁਹਾਡੇ ਨੁਮਾਇੰਦੇ ਨੂੰ ਵੀ ਇਸੇ ਤਰ੍ਹਾਂ ਲੋਕਾਂ ਦੇ ਅੱਗੇ ਇਸ ਜਿਹੜਾ ਹੈਗਾ ਪ੍ਰੋਗਰਾਮ ਜਿਹੜਾ 2022 ਦੇ ਬਾਰੇ ਹੈ, ਅਤੇ ਇਹਦੇ ਵਿੱਚ ਤੁਸੀਂ ਸ਼ਾਮਿਲ ਹੋਣ ਦੇ ਲਈ ਉਹਨਾਂ ਨੂੰ ਭੇਜ ਸਕਦੇ ਹੋ, ਉਹਨਾਂ ਨੂੰ ਰਿਕਮੈਂਡ ਕਰ ਸਕਦੇ ਹੋ। ਤੁਹਾਡਾ ਇੱਕ ਵਾਰ ਫਿਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਅਤੇ ਜਲਦੀ ਹੀ ਆਪਾਂ 1-2 ਦਿਨਾਂ ਦੇ ਵਿੱਚ ਹੀ ਇਸੇ ਤਰ੍ਹਾਂ ਚਰਚਾ ਜਾਰੀ ਰੱਖਾਂਗੇ। ਇਹ 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 ਜਿਹੜੀ ਚਰਚਾ ਹੈ ਇਹ ਮਤਲਬ ਖਤਮ ਮੁੱਕਦੀ ਨਹੀਂ, ਜਦੋਂ ਲੋਕ ਹਿੱਤਾਂ ਦੀ, ਲੋਕ ਮੁੱਦਿਆਂ ਦੀ ਗੱਲ ਚੱਲਦੀ ਹੈ, ਸਰਕਾਰਾਂ ਦੀਆਂ ਕੀ ਜ਼ਿੰਮੇਵਾਰੀਆਂ ਨੇ, ਲੋਕ ਸਰਕਾਰਾਂ ਤੋਂ ਕੀ ਚਾਹੁੰਦੇ ਨੇ, ਸਰਕਾਰਾਂ ਦੀਆਂ ਲੋਕਾਂ ਦੇ ਪ੍ਰਤੀ ਅਤੇ ਆਪਣੇ ਪ੍ਰਤੀ ਕੀ ਜ਼ਿੰਮੇਵਾਰੀਆਂ ਨੇ, ਬਿਲਕੁਲ, ਅਤੇ ਇਹ 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 ਜਿਹੜੀਆਂ ਚੀਜ਼ਾਂ ਨੇ ਇਹਨਾਂ ਬਾਰੇ ਅਸੀਂ ਚਰਚਾ ਕਰਾਂਗੇ ਦੋਸਤੋ। ਬਿਲਕੁਲ ਕੁਮਰ ਸਾਹਿਬ, ਜਿਹਦਾ ਇੰਨੀ ਠੰਡ ਦੇ ਵਿੱਚ ਮੈਂ ਦੇਖਿਆ ਵੀ ਆਪਾਂ ਇੰਨੀ ਠੰਡ ਦੇ ਵਿੱਚ ਗਰਮੀ, ਸਿਆਸੀ ਗਰਮੀ ਲਿਆ ਦਿੱਤੀ ਤਰੰਜਾ ਜੀ ਨੇ, ਭੂਸ਼ਣ ਜੀ ਨੇ, ਤਾਂ ਬਹੁਤ ਜ਼ਰੂਰੀ ਹੈ। ਮੈਨੂੰ ਲੱਗਦਾ ਵੀ ਹੁਣ ਮਾਹੌਲ ਜਿਹੜੀ ਹੈਲਦੀ ਡਿਬੇਟ ਆ ਉਹ ਆਮ ਲੋਕਾਂ ਦੇ ਪੱਖ ਵਿੱਚ ਰਹਿੰਦੀ ਹੈ ਜੀ, ਔਰ ਇਹ ਹੁੰਦੀ ਰਹਿਣੀ ਚਾਹੀਦੀ ਹੈ, ਤਾਂ ਕਿ ਜਿਹੜੀਆਂ ਸਰਕਾਰਾਂ ਆਪਣੀ ਦਿੱਤੀ ਹੋਈ, ਲੋਕਾਂ ਦੇ ਵੱਲੋਂ ਦਿੱਤੀ ਹੋਈ ਡਿਊਟੀ ਨੂੰ ਨਹੀਂ ਪੂਰਨ ਤੌਰ 'ਤੇ ਨਿਭਾ ਰਹੀਆਂ, ਉਹਨਾਂ ਦੇ ਕੰਨ ਖੋਲ੍ਹੇ ਜਾ ਸਕਣ ਔਰ ਆਉਣ ਵਾਲੇ ਟਾਈਮ 'ਤੇ ਸਹੀ ਰਾਹ 'ਤੇ ਪੈ ਸਕਣ। ਸੋ ਦੋਸਤੋ, ਇਹ ਸੀ 2020, ਅਤੇ ਫੋਨ ਚੁੱਕੋ, ਵਜਾਓ ਘੰਟੀ 9827445000। ਅਤੇ ਦੋਸਤੋ, ਤੁਹਾਨੂੰ ਇਹ ਗੁਜ਼ਾਰਿਸ਼ ਹੈ ਕਿ ਗੱਲ ਪੰਜਾਬ ਦੀ ਟੀ ਵੀ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਯੂਟਿਊਬ ਦੇ ਉੱਤੇ, ਅਤੇ ਦੋਸਤੋ ਬੈੱਲ ਆਈਕਨ ਵਾਲਾ ਬਟਨ ਵੀ ਦਬਾ ਦਿਉ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ 'ਤੇ ਨਵੇਂ ਨਵੇਂ ਅਪਡੇਟ ਮਿਲਦੇ ਰਹਿਣ। ਅਤੇ ਹੁਣ ਦਿਓ ਸਾਨੂੰ ਸਾਰਿਆਂ ਨੂੰ ਇਜਾਜ਼ਤ, ਵੇਖਦੇ ਰਹੋ ਗੱਲ ਪੰਜਾਬ ਦੀ ਟੀ ਵੀ, ਗੱਲ ਸਾਡੀ ਅਤੇ ਸਾਡੇ ਸਾਰਿਆਂ ਦੀ।